धन धन बाबा बुड्ढा जी वेलफेयर सोसाइटी 120 फुटी रोड जालंधर की ओर से वाटर सप्लाई की व्यवस्था दुरुस्त ना होने के कारण व सड़कों का बुरा हाल होने के चलते रोष प्रदर्शन किया गया। इस दौरान उन्होंने कहा कि अगर उनकी समस्या का हल जल्द से जल्द ना किया गया तो वे अपना प्रदर्शन और तेज करेंगे। इस मौके पर दालम सिंह, जसवीर सिंह काला लाहौरिया, जगजोत सिंह चौहान, मनजीत सिंह, इंद्रजीत सिंह, सुनील कुमार, महेश कुमार, निर्मल सिंह सहित कई इलाका निवासी मौजूद रहे। जालंधर से हलचल के लिए जगमोहन की रिपोर्ट। सर, जो रोज प्रदर्शन जिहड़ा हैगा 120 फुटी रोड दे उत्ते, तुहानूं जिद्दां पता ही है कि पिछले 3-4 महीने तो सड़क दा उत्ते काम जिहड़ा चलदा पिआ, ਅਤੇ ਸੜਕ ਦਾ ਕੰਮ ਜਿਹੜਾ ਪਹਿਲਾਂ ਆਪਣੇ ਇੱਕ ਸਾਈਡ ਤੋਂ ਪੱਟਿਆ ਹੋਇਆ ਸੀਗਾ ਅਤੇ ਹੁਣ ਦੂਸਰੀ ਸਾਈਡ ਵੀ ਜਿਹੜੀ ਆਪਣੇ ਇਹਨਾਂ ਨੇ ਪੱਟ ਕੇ ਰੱਖ ਦਿੱਤੀ ਹੈ। ਅਤੇ ਉਸ ਤੋਂ ਪਹਿਲਾਂ ਕਿਹਾ ਕਿ ਆਪਣੀ ਦੂਸਰਾ ਸੜਕ ਆਪਾਂ ਚਲਾਉਂਦੇ, ਉਸ ਤੋਂ ਪਹਿਲਾਂ ਹੀ ਦੂਸਰਾ ਸੜਕ ਆਪਣੇ ਇਹਨਾਂ ਨੇ ਪੱਟ ਕੇ ਰੱਖ ਦਿੱਤੀ ਹੈ, ਨਾ ਹੁਣ ਇੱਧਰਲਾ ਰਸਤਾ ਰਹਿ ਕੇ ਚੱਲਦਾ ਨਾ ਉੱਧਰਲਾ ਰਸਤਾ ਰਹਿ ਗਿਆ। ਉਸ ਤੋਂ ਬਾਅਦ ਕੀ ਹੋਇਆ ਕਿ ਇੱਧਰੋਂ ਆਪਣੇ 3-4 ਦਿਨ ਪਹਿਲਾਂ ਸੜਕ ਦੇ ਉੱਤੇ ਟਿੱਪਰ ਤਾਂ ਜਾ ਰਿਹਾ ਸੀਗਾ, ਜਿਹੜਾ ਉਹਨਾਂ ਨੇ ਆਪਣੇ ਨੰਗਦੇ ਨੇ ਆਪਣੇ ਟਿੱਪਰ ਪਲਟਣ ਦੀ, ਆਪਣੇ ਟਿੱਪਰ ਪਲਟਦਾ ਬਚਿਆ, ਉਹਦੇ ਨਾਲ ਆਪਣੇ ਪਾਣੀ ਜਿਹੜਾ ਸੀਵਰੇਜ ਵਾਲਾ ਵਾਟਰ ਸਪਲਾਈ ਵਾਲਾ ਪਾਣੀ ਦਾ ਪਾਈਪ ਟੁੱਟ ਗਿਆ, ਉਹ ਅਸੀਂ ਠੀਕ ਕਰਾਉਣ ਵਾਸਤੇ ਅਸੀਂ ਅਤੇ ਆਪਣੇ ਮਹਿਕਮੇ ਨਾਲ ਸੰਬੰਧਿਤ ਜੋ ਵੀ ਬੰਦੇ ਹੈਗੇ ਨੇ, ਇੱਕ ਆਪਣੇ ਹਿੰਮਤ ਜੀ ਕਰਕੇ ਹੈਗੇ ਸੀ, ਉਹਨਾਂ ਨੂੰ ਫੋਨ ਕੀਤਾ, ਉਹ ਕਹਿੰਦੇ ਕਿ LIT ਦਾ ਕੰਮ ਹੈਗਾ, LIT ਵਾਲੇ ਕਹਿੰਦੇ ਕਿ ਆਪਣੇ SDO ਸਾਹਿਬ ਨਾਲ ਗੱਲ ਕਰੋ, SDO ਸਾਹਿਬ ਕਹਿੰਦੇ ਕਿ LIT ਵਾਲਿਆਂ ਦਾ ਕੰਮ ਹੈਗਾ। ਸਾਨੂੰ ਇਸੇ ਚੱਕਰ 'ਚ ਹੀ ਸਾਨੂੰ ਸਮਝ ਲੱਗਦੀ ਵੀ ਕਿ ਅਸੀਂ ਕਿਹੜੇ ਆਪਣੇ ਮਹਿਕਮੇ ਨਾਲ ਅਸੀਂ ਸੰਬੰਧ ਕਰੀਏ।